ਭਾਈ ਸ਼ੇਰ ਸਿੰਘ ਜੀ ਅੰਮ੍ਰਿਤ ਵੇਲੇ ਜਾਗਦੇ ਤੇ ਸਤਿਗੁਰੂ ਜੀ ਮਹਾਰਾਜ ਦੇ ਦਰਬਾਰ ਵਿੱਚ ਝਾੜੂ ਦੀ ਸੇਵਾ ਕਰਿਆ ਕਰਦੇ ਨਾਲ ਸਾਰਾ ਦਿਨ ਮੂਲ ਮੰਤਰ ਦਾ ਜਾਪ ਕਰਦੇ ਰਹਿਣਾ ਇੱਕ ਦਿਨ ਭਾਈ ਸਾਹਿਬ ਜੀ ਰੋਜ਼ ਦੇ ਨਿਯਮ ਅਨੁਸਾਰ ਝਾੜੂ ਦੀ ਸੇਵਾ ਕਰਦੇ ਪਏ ਸਨ ਚਾਰ ਪੰਜ ਪ੍ਰੇਮੀ ਸੱਜਣ ਜੋ ਹਰ ਰੋਜ਼ ਸਤਿਗੁਰੂ ਜੀ ਮਹਾਰਾਜ ਦੇ ਦਰਸ਼ਨਾਂ ਲਈ ਆਉਂਦੇ ਉਹ ਵੀ ਆ ਕੇ ਬੈਠੇ ਸਨ ਸਤਗੁਰੂ ਜੀ ਮਹਾਰਾਜ ਦੇ ਰਮਾਲਿਆਂ ਵਾਲੀ ਅਲਮਾਰੀ ਦੀ ਜਿੰਦਰੇ ਦੀ ਚਾਬੀ ਗ੍ਰਾਂਤੀ ਸਿੰਘ ਪਾਸੋਂ ਕਿਤੇ ਗੁੰਮ ਹੋ ਗਈ। ਬਾਹਰ ਅੰਦਰ ਬਥੇਰਾ ਟੋਲ-ਪਾਲ ਕੀਤੀ ਪਰ ਮਿਲੀ ਨਾ। ਸਾਰੇ ਰਮਾਲੇ ਅਲਮਾਰੀ ਵਿੱਚ ਸਨ। ਅਖੀਰ ਕਈ ਪ੍ਰੇਮੀਆਂ ਨੇ ਸਲਾਹ ਦਿੱਤੀ ਕਿ ਅਲਮਾਰੀ ਦਾ ਤਾਲਾ ਹੀ ਤੋੜ ਲਈਏ। ਪਰ ਭਾਈ ਸਾਹਿਬ ਜੀ ਨੂੰ ਸਤਗੁਰੂ ਜੀ ਮਹਾਰਾਜ ਉੱਤੇ ਪੂਰਨ ਭਰੋਸਾ ਸੀ। ਆਪ ਜੀ ਨੇ ਸੰਤ ਨੂੰ ਕਿਹਾ ਕਿ ਸਤਿਗੁਰੂ ਜੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੀਏ ਅਰਦਾਸ ਵਿੱਚ ਬੜੀ ਵੱਡੀ ਸ਼ਕਤੀ ਹੈ ਮੈਨੂੰ ਯਕੀਨ ਹੈ ਅਰਦਾਸ ਕਰਨ ਨਾਲ ਤਾਲਾ ਖੁੱਲ ਜਾਵੇਗਾ ਸਾਰਿਆਂ ਨੇ ਭਾਈ ਸਾਹਿਬ ਜੀ ਦੀ ਗੱਲ ਨੂੰ ਸੁਨਿਆ ਤੇ ਇੱਕ ਪ੍ਰੇਮੀ ਅੱਗੋਂ ਕਹਿਣ ਲੱਗਾ ਭਾਈ ਸਾਹਿਬ ਜੀ ਤੁਸੀਂ ਆਪ ਹੀ ਫਿਰ ਸਤਿਗੁਰੂ ਜੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੋ ਭਾਈ ਸਾਹਿਬ ਜੀ ਅਰਦਾਸ ਕਰਨ ਵਾਸਤੇ ਤਿਆਰ ਹੋ ਗਏ ਜਿੰਨੀ ਆਪਕੀ ਨੂੰ ਅਰਦਾਸ ਆਉਂਦੀ ਸੀ ਦਸਾਂ ਪਾਤਸ਼ਾਹਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਅਰਾਧ ਕੇ ਜਿੰਦਰਾ ਖੁੱਲਣ ਵਾਸਤੇ ਬੇਨਤੀ ਕੀਤੀ ਮੱਥਾ ਟੇਕਨ ਉਪਰੰਤ ਅਲਮਾਰੀ ਕੋਲ ਜਾ ਕੇ ਤਾਲੇ ਨੂੰ ਹੱਥ ਲਾਇਆ ਤੇ ਤਾਲਾ ਹੁਲ ਗਿਆ ਸਾਰੇ ਹੈਰਾਨ ਹੋ ਗਏ ਅਲਮਾਰੀ ਦਾ ਜਿੰਦਰਾ ਤਾਂ ਖੁੱਲ ਗਿਆ ਪਰ ਨਾਲ ਹੀ ਭਾਈ ਸਾਹਿਬ ਜੀ ਦੇ ਅੰਦਰ ਦੇ ਕਪੜਾ ਦਾ ਜਿੰਦਰਾ ਵੀ ਖੁੱਲ ਗਿਆ ਸਤ ਗੁਰੂ ਜੀ ਮਹਾਰਾਜ ਨੇ ਬੇਹੰਤ ਸੋਝੀ ਅਤੇ ਬਖਸ਼ਿਸ਼ਾਂ ਕਰ ਦਿੱਤੀਆਂ ਸਤ ਗੁਰੂ ਜੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਨ ਨਾਲ ਕੋੜ ਤੱਕ ਦੇ ਰੋਗ ਭਾਈ ਸਾਹਿਬ ਨੇ ਦੂਰ ਕੀਤੇ ਜਿਵੇਂ ਉਸ ਸਮੇਂ ਦੇ ਆਈ ਦੀ ਪੰਜਾਬ ਪੁਲਿਸ ਕਵਰ ਸ਼ਮਸ਼ੀਰ ਸਿੰਘ ਦੀ ਘਰ ਵਾਲੀ ਦੇ ਕੋੜ ਦਾ ਰੋਗ ਦੂਰ ਕੀਤਾ ਭਾਈ ਸਾਹਿਬ ਦੀ ਪਾਸ ਜੋ ਅਰਦਾਸ ਕਰਵਾਉਣ ਵਾਸਤੇ ਆਉਂਦਾ ਉਸ ਦੇ ਪਿਛਲੇ ਕਈ ਕਈ ਜਨਮਾਂ ਦਾ ਆਪ ਜੀ ਨੂੰ అనుభవ ਹੋ ਜਾਂਦਾ ਕਿ ਇਸ ਨੂੰ ਕਿਸ ਕਰਮ ਕਰਕੇ ਕਸ਼ਟ ਹੋ ਰਿਹਾ ਹੈ ਸਤਿਗੁਰੂ ਜੀ ਮਹਾਰਾਜ ਪ੍ਰਮਾਨ ਕਰਦੇ ਹਨ ਨਵ ਨਿਧੀ 18 ਸਿੱਧੀ ਪਿਛੇ ਲਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਈ ਨਾਮ ਜਪਣ ਨਾਲ ਜਦੋਂ ਇਕਾਗਰਤਾ ਹੁੰਦੀ ਹੈ ਤਾਂ ਰਿੱਧੀਆਂ ਸਿੱਧੀਆਂ ਤੇ అనుభవਤਾ ਤਾਸੁਤੇ ਸਿੱਧ ਹੀ ਪ੍ਰਾਪਤ ਹੋ ਜਾਂਦੀ ਹੈ ਪਰ ਜਿਹੜੇ ਪਰਮ ਪਦਵੀ ਤੋਂ ਪ੍ਰਾਪਤ ਹੀਠਾਂ ਵਾਲੀਆਂ ਵਸਤੂਆਂ ਹਨ ਗੁਰਸਿੱਖ ਨੂੰ ਜੇਕਰ ਇਹ ਪ੍ਰਾਪਤ ਵੀ ਹੋ ਜਾਣ ਤਾਂ ਗੁਰੂ ਮਹਾਰਾਜ ਦੇ ਹੁਕਮ ਤੋਂ ਬਿਨਾਂ ਇਹਨਾਂ ਦੀ ਵਰਤੋਂ ਨਹੀਂ ਕਰਦੇ ਇਹਨਾਂ ਨੂੰ ਅੰਦਰ ਝੜ ਕੇ ਰੱਖਦੇ ਹਨ ਜਿਹੜੇ ਇਹਨਾਂ ਤਾਕਤਾਂ ਨੂੰ ਜਰ ਜਾਂਦੇ ਹਨ ਉਹ ਅਬਨਾਸੀ ਪ੍ਰਭੂ ਦੇ ਵਿੱਚ ਅਭੇਦ ਹੋ ਜਾਂਦੇ ਹਨ ਨਿਰਗੁਣ ਨਿਰੰਕਾਰ ਅਬਨਾਸੀ ਅਤੂਲ ਤੁਲਿਓ ਨ ਜਾਵਤਕ ਕਹੁ ਨਾਨਕ ਹਜ਼ਾਰ ਜਨ ਜਰਿਆ ਤਿਸ ਹੀ ਕੋ ਬਨ ਆਵਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ